ਬਚਪਨ ਤੋਂ ਹੀ ਸਾਡੀਆਂ ਮਾਵਾਂ ਸਾਨੂੰ ਸਮਝਾ ਦਿੰਦੀਆਂ ਨੇ ਕਿ ਵੀ ਬੰਦੇ ਦੀ ਇੱਜ਼ਤ ਬੰਦੇ ਦੇ ਆਪਣੇ ਹੱਥ ਹੁੰਦੀ ਹੈ। ਲੇਕਿਨ ਸਾਡਾ ਪਤਾ ਨਹੀਂ ਕੀ ਮਸਲਾ ਹੈ ਕਿ ਸਾਡੀ ਇੱਜ਼ਤ ਵੀ ਬੜੀ ਛੇਤੀ ਹੋ ਜਾਂਦੀ ਹੈ ਅਤੇ ਬੇਇੱਜ਼ਤੀ ਹੋਣ 'ਤੇ ਵੀ ਕੋਈ ਟਾਈਮ ਨਹੀਂ ਲੱਗਦਾ। ਮੇਰਾ ਖਿਆਲ ਪਾਕਿਸਤਾਨ ਤੋਂ ਸਭ ਤੋਂ ਜ਼ਿਆਦਾ ਦੂਰ ਜਿਹੜਾ ਮੁਲਕ ਹੈ ਉਹ ਹੈ ਨਿਊਜ਼ੀਲੈਂਡ। ਉੱਥੇ ਇੱਕ ਮਸੀਤ 'ਤੇ ਹਮਲਾ ਹੋਇਆ, ਬੜਾ ਵੱਡਾ ਜ਼ੁਲਮ ਹੋਇਆ ਅਤੇ ਉੱਥੇ ਦੀ ਗੋਰੀ ਵਜ਼ੀਰ ਆਜ਼ਮ ਮਜ਼ਲੂਮਾਂ ਦੇ ਨਾਲ ਜਾ ਖਲੋਤੀ, ਖਲੋਣਾ ਵੀ ਬਣਦਾ ਸੀ। ਜਦੋਂ ਸਾਡੇ ਮਜ਼ਲੂਮ ਮੁਸਲਮਾਨ ਭੈਣਾਂ ਦੇ ਭਰਾਵਾਂ ਨੂੰ ਮਿਲਣ ਗਈ ਅਤੇ ਸਿਰ 'ਤੇ ਚਾਦਰ ਪਾ ਕੇ ਗਈ। ਸਾਡਾ ਪੂਰੀ ਕੌਮ ਦਾ ਪਤਾ ਨਹੀਂ ਕੀ ਮਸਲਾ ਹੈ ਕਿ ਅਸੀਂ ਗੋਰੀ ਦੇ ਸਿਰ 'ਤੇ ਦੁਪੱਟਾ ਜਾਂ ਚਾਦਰ ਵੇਖ ਲਈਏ ਅਤੇ ਸਾਡਾ ਇਮਾਨ ਤਾਜ਼ਾ ਹੋ ਜਾਂਦਾ। ਅਸੀਂ ਇੱਥੇ ਹਜ਼ਾਰਾਂ ਮੀਲ ਦੂਰ ਬੈਠੇ ਟੀ ਵੀ 'ਤੇ ਗੋਰੀ ਵਜ਼ੀਰ ਆਜ਼ਮ ਨੂੰ ਚਾਦਰ ਲੈ ਵੇਖ ਕੇ ਨਾਰੇ ਮਾਰ ਛੱਡੇ। ਕਿਸੇ ਨੇ ਉਹਨੂੰ ਵੱਡੀ ਭੈਣ ਬਣਾ ਲਿਆ, ਕਿਸੇ ਨੇ ਪੁੱਠੀ, ਕਈ ਤਾਂ ਮੁੰਡੇ ਦਾ ਰਿਸ਼ਤਾ ਭੇਜਣ ਨੂੰ ਫਿਰਦੇ ਸਨ। ਫਿਰ ਪਤਾ ਲੱਗਾ ਕਿ ਆਪੇ ਹੀ ਬੱਚਿਆਂ ਆ ਗਏ। ਅਸੀਂ ਐਵੇਂ ਹੀ ਉਹਨੂੰ ਜ਼ਬਰਦਸਤੀ ਧੱਕੇ ਨਾਲ ਇਸਲਾਮ ਦੇ ਦਾਇਰੇ 'ਚ ਵੀ ਵਾੜਨ ਦੀ ਕੋਸ਼ਿਸ਼ ਕੀਤੀ। ਹੁਣ ਪਿਛਲੇ ਹਫ਼ਤੇ ਨਿਊਜ਼ੀਲੈਂਡ ਟੀਮ ਨੇ ਪਾਕਿਸਤਾਨ ਵਿੱਚ ਕ੍ਰਿਕਟ ਮੈਚ ਖੇਡਣਾ ਸੀ। ਮੈਚ ਤੋਂ ਕੁਛ ਘੰਟੇ ਪਹਿਲੇ ਹੀ ਉਹਨਾਂ ਨੇ ਫੈਸਲਾ ਕੀਤਾ ਵੀ ਇੱਥੇ ਅਤੇ ਸਾਡੀ ਜਾਨਾਂ ਨੂੰ ਖਤਰਾ ਹੈ, ਅਤੇ ਟੀਮ ਰਾਤੋਂ ਰਾਤ ਵਾਪਸ ਤੁਰ ਗਈ। ਸਾਡੇ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਤੋਂ ਜ਼ਿਆਦਾ ਨਿਊਜ਼ੀਲੈਂਡ ਨੂੰ ਕੌਣ ਜਾਣ ਸਕਦਾ, ਅਤੇ ਵਜ਼ੀਰ ਆਜ਼ਮ ਖਾਨ ਸਾਹਿਬ ਤੋਂ ਜ਼ਿਆਦਾ ਗੋਰੀਆਂ ਨੂੰ ਵੀ ਕੌਣ ਸਮਝ ਸਕਦਾ। ਉਹਨਾਂ ਨੇ ਫੋਨ ਚੁੱਕਿਆ ਅਤੇ ਵਜ਼ੀਰ ਆਜ਼ਮ ਨਾਲ ਗੱਲ ਕੀਤੀ, ਲੇਕਿਨ ਉਹ ਕਪੱਤੀ ਰਨ ਨਾ ਮੰਨੀ। ਅਤੇ ਹੁਣ ਉਹੀ ਵਜ਼ੀਰ ਆਜ਼ਮ ਜਿਹੜੀ ਸਾਨੂੰ ਮਾਂ ਭੈਣਾਂ ਵਰਗੀ ਪਿਆਰੀ ਹੋ ਗਈ ਸੀ, ਉਹ ਹੁਣ ਸਾਡੀ ਦੁਸ਼ਮਣ ਹੋ ਗਈ ਹੈ। ਸਿਰ 'ਤੇ ਦੁਪੱਟਾ ਲੈ ਕੇ ਮਸੀਤੇ ਜਾ ਕੇ ਜਿਹਨੇ ਸਾਡੀ ਇੱਜ਼ਤ ਵਧਾਈ ਸੀ, ਉਹਨੇ ਹੁਣ ਟੀਮ ਵਾਪਸ ਬੁਲਾ ਕੇ ਸਾਡੀ ਬੇਇੱਜ਼ਤੀ ਕਰ ਛੱਡੀ। ਮੈਨੂੰ ਕ੍ਰਿਕਟ ਦੇ ਸ਼ੌਕੀਨਾਂ ਦਾ ਗਮ ਸਮਝ ਆਉਂਦਾ ਹੈ। ਉਹਨਾਂ ਦਾ ਖਿਆਲ ਸੀ ਵੀ ਮੈਚ ਸ਼ੁਰੂ ਹੋਏਗਾ ਅਤੇ ਆਟੇ ਦਾਲ ਦੇ ਭਾਅ ਭੁੱਲ ਜਾਣਗੇ ਅਤੇ ਬਾਕੀ ਸਾਰੇ ਗਮ ਵੀ ਭੁੱਲ ਕੇ ਬਸ ਮੈਚ ਵੇਖਾਂਗੇ। ਇੱਥੇ ਕ੍ਰਿਕਟ ਦਾ ਸ਼ੌਕ ਇੰਨਾ ਹੈ ਵੀ ਘਰਦਿਆਂ ਜੀਆਂ ਦੀ ਗਿਣਤੀ ਪੂਰੀ ਹੋਵੇ ਨਾ ਹੋਵੇ, ਲੇਕਿਨ 30 ਸਾਲ ਪਹਿਲੇ ਕਿੰਨੇ ਕਿੱਥੇ ਛੱਕਾ ਮਾਰਿਆ ਸੀ ਅਤੇ ਕਿਹੜੀ ਬਾਲ ਅੰਦਰ ਆਈ ਸੀ ਅਤੇ ਕਿਹੜੀ ਬਾਹਰ ਸਵਿੰਗ ਹੋਈ ਸੀ, ਇਹ ਸਭ ਯਾਦ ਰਹਿੰਦਾ। ਨਿਊਜ਼ੀਲੈਂਡ ਦੀ ਟੀਮ ਨੱਸ ਗਈ, ਭੈੜਾ ਕੀਤਾ, ਪੂਰੇ ਜੱਗ ਨੇ ਥੂਹ ਥੂਹ ਵੀ ਕੀਤੀ, ਲੇਕਿਨ ਸਾਨੂੰ ਆਪਣੀ ਇੱਜ਼ਤ ਅਤੇ ਬੇਇੱਜ਼ਤੀ ਨਹੀਂ ਭੁੱਲਣ ਡਈ। ਇਹਨਾਂ ਹੀ ਗੱਲਾਂ 'ਤੇ ਅਸੀਂ ਪਿੰਡਾਂ 'ਚ ਜਾਂ ਕਿਸੇ ਦਾ ਨੱਕ ਵੱਢ ਛੱਡਦੇ ਹਾਂ ਜਾਂ ਆਪਣਾ ਵੀ ਕਦੀ ਕਦੀ ਵੱਢ ਲੈਂਦੇ ਹਾਂ। ਲੇਕਿਨ ਜ਼ਰਾ ਠੰਡੇ ਦਿਲ ਨਾਲ ਸੋਚੋ ਵੀ ਨਿਊਜ਼ੀਲੈਂਡ ਵਾਲੇ ਭਾਵੇਂ ਦੁਪੱਟੇ ਪਾਉਣ ਅਤੇ ਭਾਵੇਂ ਕੱਛੇ, ਉਹ ਅੰਦਰੋਂ ਬਾਹਰੋਂ ਹੈ ਗੋਰੀ ਨੇ। ਆਪਣੀ ਬੇਇੱਜ਼ਤੀ ਦਾ ਰੋਣਾ ਰੋ ਲਓ, ਲੇਕਿਨ ਨਾਲ ਨਾਲ ਕੌਮ ਨੂੰ ਇਹ ਵੀ ਦੱਸੋ ਵੀ ਇਹ ਨਿਊਜ਼ੀਲੈਂਡ 'ਤੇ ਬਣਿਆ ਹੀ ਕਤਲੇਆਮ 'ਚ ਸੀ। ਸਾਡੇ ਰੰਗ ਦੇ ਜਿਹੜੇ ਉੱਥੇ ਦੇ ਅਸਲੀ ਬਸ਼ਿੰਦੇ ਸਨ, ਉਹਨਾਂ ਦੀਆਂ ਨਸਲਾਂ ਨੂੰ ਮੁਕਾ ਕੇ ਇੱਥੇ ਗੋਰਿਆਂ ਨੇ ਆਪਣਾ ਇੱਕ ਦੇਸ਼ ਬਣਾ ਲਿਆ। ਅਤੇ ਉਹ ਅਗਤੋਂ ਇਹ ਵੀ ਆਉਂਦੇ ਨੇ ਵੀ ਅਸੀਂ ਦੁਨੀਆ ਦੇ ਸਭ ਤੋਂ ਜ਼ਿਆਦਾ ਸ਼ਰੀਫ ਗੋਰੇ ਹਾਂ, ਸਾਨੂੰ ਵੇਖੋ ਜੇ ਲੋੜ ਪਵੇ ਤਾਂ ਤੁਹਾਡੀ ਮਸੀਤੇ ਵੀ ਆ ਜਾਂਦੇ ਹਾਂ ਅਤੇ ਤੁਹਾਨੂੰ ਜੱਫੀ ਵੀ ਪਾ ਲੈਂਦੇ ਹਾਂ। ਅਤੇ ਮੇਰਾ ਖਿਆਲ ਹੈ ਮਾਵਾਂ ਸਹੀ ਕਹਿੰਦੀਆਂ ਸਨ, ਇਹੋ ਜਿਹੇ ਲੋਕਾਂ ਦੇ ਹੱਥੋਂ ਕਿਹੜੀ ਇੱਜ਼ਤ ਅਤੇ ਕਿਹੜੀ ਬੇਇੱਜ਼ਤੀ, ਇੱਜ਼ਤ ਆਪਣੇ ਹੱਥ ਹੀ ਹੁੰਦੀ ਹੈ। ਬਾਕੀ ਰਹੀ ਕ੍ਰਿਕਟ, ਅਤੇ ਉਹ ਕਿਹੜਾ ਸਾਡੇ ਬੈਟ ਬੱਲੇ ਨਾਲ ਲੈ ਗਏ ਨੇ। ਅਸੀਂ ਗਲੀਆਂ 'ਚ ਖੇਡਾਂਗੇ, ਸੜਕਾਂ 'ਚ ਖੇਡਾਂਗੇ, ਨਾਲ ਅਫਗਾਨਿਸਤਾਨ ਗੁਆਂਢ ਸਾਡੇ ਤਾਲਿਬਾਨ ਭਰਾ ਆ ਗਏ ਨੇ, ਉਹਨਾਂ ਦੀ ਵੀ ਸੁਣਿਆ ਕੋਈ ਟੀਮ ਹੈ, ਅਤੇ ਹੋਰ ਕੋਈ ਟੀਮ ਨਾ ਆਈ ਉਹਨਾਂ ਨਾਲ ਹੀ ਖੇਡਦੇ ਰਹਾਂਗੇ।